ਪਿਛਲੇ 5 ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਫਤਿਹਵੀਰ 6ਵੇਂ ਦਿਨ ਆ ਕੇ ਇਹ ਜੰਗ ਹਾਰ ਗਿਆ। ਉਸਨੂੰ ਸਵੇਰੇ 5 ਵਜੇ ਬੋਰਵੈਲ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਫਿਰ ਉਸਨੂੰ PGI ਭਰਤੀ ਕਰਵਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਫਤਿਹਵੀਰ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸ ਦਈਏ ਕਿਸ ਮਾਸੂਮ ਬੱਚੇ ਦੇ ਲਈ ਅਨੇਕਾਂ ਹੀ ਲੋਕਾਂ ਨੇ ਦੁਆਵਾਂ ਕੀਤੀਆਂ ਸਨ, ਪਰ ਜ਼ਿੰਦਗੀ ਅਤੇ ਮੌਤ ਦੇ ਨਾਲ ਜੂਝਦਾ ਫਤਿਹ ਆਖਰ ਇਹ ਲੜਾਈ ਹਾਰ ਹੀ ਗਿਆ। ਉਸਦੀ ਮੌਤ ਕਦੋਂ ਹੋਈ ਇਸ ਬਾਰੇ ਤਾਂ ਹਾਲੇ ਪੂਰੀ ਜਾਣਕਾਰੀ ਨਹੀਂ ਮਿਲੀ, ਪਰ ਇੰਨਾ ਜ਼ਰੂਰ ਹੈ ਕਿ ਹੁਣ ਫਤਿਹ ਇਸ ਦੁਨੀਆਂ ਨੂੰ ਅਲਵਿਦਾ ਆਖ ਚੁੱਕਾ। ਜਿਵੇਂ ਹੀ ਬੱਚੇ ਨੂੰ ਬੋਰਵੈਲ ਦੇ ਵਿੱਚੋਂ ਬਾਹਰ ਕੱਢਿਆ ਤਾਂ ਫਿਰ NDRF ਦੀਆਂ ਟੀਮਾਂ ਨੇ ਉਸਨੂੰ ਉੱਪਰ ਖਿੱਚ ਲਿਆ ਅਤੇ ਇਸ ਮਗਰੋਂ ਉਸਨੂੰ ਸੜਕੀ ਮਾਰਗ ਦੇ ਰਾਹੀਂ PGI ਚੰਡੀਗੜ੍ਹ ਲਿਆਂਦਾ ਗਿਆ। ਇਸ ਦੌਰਾਨ ਉਸਦੇ ਦਾਦਾ ਜੀ ਵੀ ਐਂਬੂਲੈਂਸ ਦੇ ਵਿੱਚ ਮੌਜੂਦ ਸਨ। ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ 'ਚ ਆਪਣੇ ਖੇਤ 'ਚ ਬਣੇ ਹੋਏ ਪੁਰਾਣੇ ਬੋਰਵੈਲ ਦੇ ਵਿੱਚ ਡਿੱਗ ਪਿਆ ਸੀ। ਉਸਨੂੰ ਬਚਾਉਣ ਦੇ ਲਈ 5 ਦਿਨ ਤੋਂ ਬਚਾਅ ਕਾਰਜ ਬੇਹੱਦ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਸੀ, ਜਿਸ ਕਾਰਨ ਫਤਿਹ ਦਾ ਜ਼ਿੰਦਗੀ ਦਾ ਅੰਤ ਉਸਦੇ ਜਨਮ ਦਿਨ ਤੋਂ ਅਗਲੇ ਹੀ ਦਿਨ ਹੋ ਗਿਆ। ਦੱਸ ਦਈਏ ਕਿ ਕੱਲ੍ਹ ਫਤਿਹਵੀਰ ਦਾ ਦੂਸਰਾ ਜਨਮ ਦਿਨ ਸੀ ਅਤੇ ਉਸਨੂੰ 3ਰਾ ਸਾਲ ਲੱਗ ਗਿਆ ਸੀ, ਪਰ ਹੁਣ ਫਤਿਹ ਆਪਣੇ ਜਨਮ ਦਿਨ ਤੋਂ ਅਗਲੇ ਦਿਨ ਹੀ ਇਸ ਦੁਨੀਆਂ ਨੂੰ ਅਲਵਿਦਾ ਆਖ ਚੁੱਕਾ ਹੈ। ਫਤਿਹਵੀਰ ਆਪਣੇ ਮਾਪਿਆਂ ਦੀ ਇਕੱਲੀ ਔਲਾਦ ਸੀ ਅਤੇ 7 ਸਾਲ ਬਾਅਦ ਉਸਦੇ ਮਾਪਿਆਂ ਨੇ ਫਤਿਹ ਦਾ ਮੁੱਖ ਵੇਖਿਆ ਸੀ, ਪਰ ਹੁਣ ਉਹ ਪ੍ਰਸ਼ਾਸਨ ਅਤੇ ਸਰਕਾਰ ਦੀ ਢਿੱਲੀ ਕਾਰਗੁਜ਼ਾਰ ਦੇ ਚੱਲਦਿਆਂ ਇਸ ਦੁਨੀਆਂ ਤੋਂ ਰੁਸਤਕ ਹੋ ਗਿਆ। ਉੱਧਰ ਫਤਿਹ ਦੀ ਮੌਤ ਤੋਂ ਬਾਅਦ ਸੁਨਾਮ 'ਚ ਲੋਕਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਲੋਕਾਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਦੇ ਵੱਲੋਂ ਫਤਿਹ ਨੂੰ ਬਾਹਰ ਕੱਢਣ ਨੂੰ ਲੈ ਕੇ ਲਾਪਰਵਾਹੀ ਵਰਤੀ ਗਈ ਹੈ, ਇਸ ਕਰਕੇ ਉਹ ਮੌਤ ਦੀ ਭੇਟ ਚੜ ਗਿਆ। ਬਸ ਇਸ ਮਾਸੂਮ ਬੱਚੇ ਦਾ ਕਸੂਰ ਇੰਨਾ ਹੀ ਸੀ ਕਿ ਉਹ ਖੇਡਦਾ ਬੋਰਵੈਲ ਦੇ ਵਿੱਚ ਜਾ ਡਿੱਗਾ ਅਤੇ ਸਰਕਾਰ ਤੇ ਪ੍ਰਸ਼ਾਸਨ ਦੇ ਨਲਾਇਕਿਆਂ ਦੇ ਚੱਲਦਿਆਂ ਆਖਰ ਫਤਿਹ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਅਤੇ ਮਾਪਿਆਂ ਤੋਂ ਇੱਕ ਪੁੱਤਰ ਹੋਰ ਜੁਦਾ ਹੋ ਗਿਆ, ਜਿਨ੍ਹਾਂ ਨੇ ਕਿ 7 ਸਾਲ ਬਾਅਦ ਫਤਿਹ ਦਾ ਮੁੱਖ ਵੇਖਿਆ ਸੀ। ਇਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਸੁਨਾਮ ਪਟਿਆਲਾ ਸੜਕ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਹੁਣ ਚਾਹੇ ਰੋਸ ਪ੍ਰਦਰਸ਼ਨ ਹੋਣ, ਧਰਨੇ ਲੱਗਣ, ਮੁਜ਼ਾਹਰੇ ਹੋਣ, ਇਸ ਦੇ ਨਾਲ ਫਤਿਹਵੀਰ ਵਾਪਸ ਨਹੀਂ ਆਉਣ ਵਾਲਾ, ਪਰ ਇੰਨਾ ਜ਼ਰੂਰ ਹੈ ਕਿ ਜੇਕਰ ਕਿਸੇ ਹੋਰ ਨਾਲ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਸਰਕਾਰ ਸੁਚੇਤ ਹੋ ਜਾਵੇ ਅਤੇ ਜਲਦ ਹੀ ਕੋਈ ਅਜਿਹੇ ਸਾਧਨ ਅਤੇ ਤਕਨੀਕ ਦੀ ਵਰਤੋਂ ਕਰੇ ਜਿਸ ਦੇ ਨਾਲ ਕਿਸੇ ਦੀ ਜਾਨ ਬਚਾਈ ਜਾ ਸਕੇ, ਤਾਂ ਜੋ ਕਿਸੇ ਹੋਰ ਫਤਿਹ ਨੂੰ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਦੇ ਵਿੱਚ ਹਾਰ ਦਾ ਸਾਹਮਣਾ ਨਾ ਕਰਨਾ ਪਵੇ।